ਬੂੰਗਾ ਰਾਮਗੜੀਆ ਦੂਰ ਅੰਦੇਸ਼ ਆਗੂ ਨਿਡਰ ਯੋਧਾ ਮਹਾਰਾਜਾ ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਨੇ ਰਾਮਗੜੀਆ ਬੂੰਗੇ ਦਾ ਨਿਰਮਾਣ 1755 ਈਸਵੀ ਨੂੰ ਕਰਵਾਇਆ ਬੂੰਗਾ ਰਾਮਗੜੀਆ ਉਸ ਵੇਲੇ ਦੀਆਂ ਸਮਕਾਲੀ ਮਿਸਲਾ ਦੁਆਰਾ ਉਸਾਰੇ ਸਾਰੇ ਹੀ ਬੂੰਗਿਆਂ ਨਾਲੋਂ ਵਿਉਤਬੰਦੀ ਉਸਾਰੀ ਨਕਾਸ਼ੀ ਅਤੇ ਚਿੱਤਰਕਾਰੀ ਦੇ ਆਧਾਰ ਤੇ ਵਖ ਹੈ ਸਰਦਾਰ ਜਸਲ ਸਿੰਘ ਰਾਮਗੜੀਆ ਦੁਆਰਾ ਇਸ ਬੁੰਗੇ ਵਿੱਚ ਦੀਵਾਨੇ ਖਾਸ ਜਿਸ ਵਿੱਚ ਮਹਾਰਾਜਾ ਸਾਹਿਬ ਦਾ ਸਿੰਘਾਸਨ ਹੈ ਅਤੇ ਜਿਸ ਦੀ ਛਤ 44 ਲਾਲ ਪੱਥਰ ਦੇ ਥਮਾਂ ਤੇ ਆਧਾਰਿਤ ਹੈ ਜੋ ਸਿੱਖ ਨਕਕਾਸ਼ੀ ਦਾ ਅਲੌਕਿਕ ਨਮੂਨਾ ਹਨ ਇਹ ਸਿੰਘਾਸਨ ਦੀ ਉਚਾਈ ਸਚਕਣ ਸ੍ਰੀ ਹਰਮੰਦਰ ਸਾਹਿਬ ਜੀ ਤੋਂ ਬਹੁਤ ਨੀਵੀਂ ਹੈ ਜੋ ਮਹਾਰਾਜਾ ਜੀ ਦੇ ਗੁਰੂ ਤੇ ਵਿਸ਼ਵਾਸ ਦੀ ਨਿਮਰਤਾ ਦੀ ਨਿਰਮਾਣ ਕਲਾ ਤੇ ਗਿਆਨ ਦੀ ਅਤੇ ਵਿਉਤਬੰਦੀ ਦੀ ਗਵਾਹੀ ਭਰਦੀ ਹੈ ਬੂੰਗੇ ਵਿੱਚ ਕੈਦੀਆਂ ਲਈ ਕਾਲ ਕੋਠੜੀ ਸਿੰਘਾਸਨ ਦੇ ਥੱਲੇ ਹੈ ਅਤੇ ਮਾਲ ਖਾਨਾ ਸਿੰਘਾਸਨ ਦੇ ਸਾਹਮਣੇ ਹੈ ਇੱਥੇ ਦਰਬਾਰੀਆਂ ਅਹਿਲਕਾਰਾਂ ਅਤੇ ਜਰਨੈਲਾਂ ਦੇ ਬੈਠਣ ਲਈ ਇੱਕ ਵੱਡਾ ਦੀਵਾਨ ਹਾਲ ਹੈ ਜਿਸ ਦੇ ਇੱਕ ਪਾਸੇ ਖੂਹ ਹੈ ਹਵਾ ਅਤੇ ਰੋਸ਼ਨੀ ਲਈ ਯੋਗ ਪ੍ਰਬੰਧ ਹਨ ਸਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਅੰਮ੍ਰਿਤਸਰ ਸ਼ਹਿਰ ਦੀਆਂ ਹੱਦਾਂ ਦੀ ਨਿਗਰਾਨੀ ਹਿਤ ਇਸ ਬੂੰਗੇ ਦੇ 156 ਫੁੱਟ ਉੱਚੇ ਮিনার ਹਨ ਜੋ ਸਿੱਖ ਨਿਰਮਾਣ ਕਲਾ ਦਾ ਇੱਕ ਮੂਵ ਬੋਲਦਾ ਸ਼ਾਹਕਾਰ ਹਨ 1783 ਈਸਵੀ ਵਿੱਚ ਜਦੋਂ ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਨੇ ਆਪਣੇ ਸਾਥੀਆਂ ਸਰਦਾਰ ਜੱਸਾ ਸਿੰਘ ਆਲੂਵਾਲੀਆ ਜੀ ਸਰਦਾਰ ਬਗੇਲ ਸਿੰਘ ਜੀ ਅਤੇ ਹੋਰਨਾਂ ਨਾਲ ਮਿਲ ਕੇ ਲਾਲ ਕਿਲੇ ਨੂੰ ਜਿੱਤਿਆ ਤਾਂ ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਨੇ ਤਖਤੇ ਤਾऊस ਦੀ ਉਹ ਸਿੱਲ ਜਿਸ ਤੇ ਬਿਠਾ ਕੇ ਮੁਗਲ ਬਾਦਸ਼ਾਹ ਦੀ ਤਾਜ ਪੋਸ਼ੀ ਕੀਤੀ ਜਾਂਦੀ ਸੀ ਜਿਸ ਸਿੱਲ ਤੇ ਬੈਠ ਕੇ ਔਰੰਗਜ਼ੇਬ ਨੇ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਣ ਲਈ ਹੁਕਮ 사ਦਰ ਕੀਤੇ ਭਾਈ ਮਨੀ ਸਿੰਘ ਜੀ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਭਾਈ ਦਿਆਲਾ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਫਤਵੇ ਲਾਏ ਅਤੇ ਸਜ਼ਾਵਾਂ ਸੁਣਾਈਆਂ ਗਈਆਂ ਇਸ ਸਿਲ ਜੋ ਕਿ 6 ਫੁੱਟ 3 ਇੰਚ ਲੰਮੀ 4 ਫੁੱਟ 6 ਇੰਚ ਚੌੜੀ ਅਤੇ 9 ਇੰਚ ਮੋਟੀ ਹੈ ਨੂੰ ਤਖਤ ਨਾਲੋਂ ਉਖੇੜ ਕੇ ਸੰਗਲਾਂ ਅਤੇ ਰਸੀਆਂ ਨਾਲ ਜੋੜ ਕੇ ਜੁਗੋ ਜੁਗ ਅਟਲ ਤਾਨ-ਤਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਅਤੇ ਸ੍ਰੀ ਗੁਰੂ ਹਰगोबिंद ਪਾਤਸ਼ਾਹ ਜੀ ਦੇ ਅਸਥਾਨਾਂ ਤੇ ਲਿਆਏ ਜੋ ਅੱਜ ਵੀ ਦਿੱਲੀ ਤਖਤ ਤੇ ਸਿੰਘਾਂ ਦੀ ਜਿੱਤ ਦੇ ਪ੍ਰਤੀਕ ਵਜੋਂ ਇੱਥੇ ਮੌਜੂਦ ਹੈ ਇਹ ਸਿਲ ਅੱਜ ਵੀ ਵੇਖੀ ਜਾ ਸਕਦੀ ਹੈ ਤੇ ਇੱਥੇ ਜਾਣ ਦਾ ਰਾਹ ਲੰਗਰ ਅਸਥਾਨ ਵੱਲੋਂ ਹੈ 1905 ਈਸਵੀ ਵਿੱਚ ਆਏ ਪੁਚਾਲ ਨਾਲ ਬੁੰਗੇ ਵਿੱਚ ਨਿਰਮਿਤ ਦੋਵੇਂ ਮਿਨਾਰਾ ਦੇ ਗੁੰਬਦ ਟੁੱਟ ਗਏ ਸਨ ਜੇ ਫਿਰ 1984 ਈਸਵੀ ਵਿੱਚ ਐਕਸ਼ਨ ਬਲੂ ਸਟਾਰ ਵੇਲੇ ਹੋਈ ਗੋਲਾਬਾਰੀ ਨਾਲ ਇਹਨਾਂ ਮਿਨਾਰਾ ਦੇ ਹੋਏ ਨੁਕਸਾਨ ਦੀ ਸਰਦਾਰ ਜੱਸਾ ਸਿੰਘ ਰਾਮਗੜੀਆ ਫੈਡਰੇਸ਼ਨ ਸ੍ਰੀ ਅੰਮ੍ਰਿਤਸਰ ਸਾਹਿਬ ਨੇ 1995-96 ਵਿੱਚ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਮੁਰੰਮਤ ਕਰਵਾਈ ਤੇ ਪੰਥ ਦੀ ਸ਼ਾਨ ਨੂੰ ਮੁੜ ਸੁਰਜੀਤ ਕੀਤਾ ਜੇ ਆਪ ਜੀ ਨੂੰ ਵੀਡੀਓ ਵਧੀਆ ਲੱਗੀ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ